ਹਾਂਜੀ ਮੈਂ ਵੀ ਵਾਰੇ ਜਾਵਾਂ ਗਾਲਿਬ ਤੋਂ ਪਰ ਮੈਂ ਵਾਰੇ ਜਾਵਾਂ ਇਸ ਸ਼ਖਸ ਤੋਂ ਵੀ ਜਿਹੜੇ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਫਿਲਮ ਜਿਹੜੀ ਆ ਰਹੀ ਹੈ ਜੀ ਇੱਕ ਸੰਧੂ ਹੁੰਦਾ ਸੀ ਉਹਦੇ ਵਿੱਚੋਂ ਇਹ ਗਾਣਾ ਹੈ ਵੈਸੇ ਬਹੁਤ ਹੀ ਥੋੜੇ ਘੰਟੇ ਬਚੇ ਨੇ ਕੁਝ ਕੁ ਘੰਟੇ ਬਚੇ ਨੇ ਜਦੋਂ ਇਹ ਫਿਲਮ ਆਸਟ੍ਰੇਲੀਆ ਦੇ ਵਿੱਚ ਵੀ ਰਿਲੀਜ਼ ਹੋ ਜਾਣੀ ਹੈ ਵੈਸੇ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੀ ਸਟਾਰਕਾਸਟ ਦੇ ਨਾਲ ਆਓ ਗੱਲ ਕਰਨ ਦਾ ਮੌਕਾ ਮਿਲ ਰਿਹਾ ਜੀ ਰੋਸ਼ਨ ਪ੍ਰਿੰਸ ਸਾਹਿਬ ਇਸ ਫਿਲਮ ਦੇ ਬੜੇ ਅਹਿਮ ਕਿਰਦਾਰ ਸਾਡੇ ਨਾਲ ਪੰਜਾਬੀ ਫਿਲਮਾਂ ਦਾ ਇਹ ਸਿਤਾਰਾ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਸਭ ਤੋਂ ਪਹਿਲਾਂ ਤਾਂ ਜੀ ਰੇਡੀਓ ਹਾਂਜੀ ਤੇ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਮੇਰੀ ਆਵਾਜ਼ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਭਾਜੀ ਤੁਹਾਡੀ ਆਵਾਜ਼ ਸੁਣੀ ਤੁਹਾਨੂੰ ਇੱਕ ਤਾਂ ਤੁਸੀਂ ਫਿਲਮਾਂ ਬਹੁਤ ਥੋੜੀਆਂ ਕਰਦੇ ਹੋ ਤੁਹਾਡੇ ਫੈਨਸ ਜਿਹੜੇ ਹੈਗੇ ਨੇ ਉਮੀਦ ਰੱਖਦੇ ਨੇ ਕਿ ਸਾਲ ਚ ਕੱਢਦੇ ਕਰੋ ਤਿੰਨ ਚਾਰ ਫਿਲਮਾਂ ਐਕਚੁਅਲੀ ਭਾਜੀ ਪਹਿਲਾਂ ਕੁਛ ਜ਼ਿਆਦਾ ਹੋ ਗਈਆਂ ਸੀ ਮੈਨੂੰ ਐਂ ਲੱਗਿਆ ਵੀ ਮੈਂ ਆਪਣੇ ਮਿਊਜ਼ਿਕ ਤੋਂ ਥੋੜਾ ਜਿਹਾ ਪਿੱਛੇ ਹੋ ਇਸ ਸਾਲ ਫਿਲਮਾਂ ਤਾਂ ਹੈਗੀ ਨੇ ਪਰ ਨਾਲ ਮਿਊਜ਼ਿਕ ਜ਼ਿਆਦਾ ਕਰ ਰਹੇ ਹਾਂ ਵਾਕਈ ਤੇ ਵੱਧ ਤੋਂ ਵੱਧ ਜਿੰਨੇ ਹੋ ਸਕਦੇ ਉਹ ਗਾਣੇ ਇਸ ਸਾਲ ਅਸੀਂ ਰਿਲੀਜ਼ ਕਰਾਂਗੇ ਵਾਕਈ ਭਾਜੀ ਇਸ ਫਿਲਮ ਦੇ ਵਿੱਚ ਭਾਜੀ ਕੋਈ ਗਾਣਾ ਤੁਸੀਂ ਗਾ ਰਹੇ ਹੋ ਕਿ ਨਹੀਂ ਕਿਤੇ ਲਾਇਆ ਨੀ ਹੱਥ ਜਿਹਾ ਐਕਚੁਅਲੀ ਭਾਜੀ ਮੈਂ ਪ੍ਰੈਫਰੈਂਸ ਦਿੰਦਾ ਉਹਨਾਂ ਦੀ ਜਿੱਥੇ ਕਿਸੇ ਫਿਲਮ ਦੇ ਵਿੱਚ ਲਿਪ ਸਿੰਕ ਹੋਵੇ ਨਾ ਕਿਸੇ ਗਾਣੇ ਤੇ ਉੱਥੇ ਹੀ ਆਵਾਜ਼ ਸੁਣ ਆਪਣੀ ਇੱਕ ਵੋਇਸ ਦੀ ਇੱਕ ਅਲੱਗ ਆਈਡੈਂਟੀ ਤੁਸੀਂ ਕਹਿ ਸਕਦੇ ਹੋ ਕਿਸੇ ਤੇ ਸੂਟ ਨਹੀਂ ਕਰੇ ਤੇ ਹੀ ਉਹ ਜ਼ਿਆਦਾ ਚੰਗੀ ਲੱਗੇਗੀ ਅਦਰਵਾਈਜ਼ ਹੁਣ ਮੇਰੀ ਆਵਾਜ਼ ਹੋਵੇ ਤੇ ਗਿੱਪੀ ਭਾਜੀ ਲਿਪ ਸਿੰਕ ਕਰਨਾ ਚੰਗਾ ਨੀ ਲੱਗਣਾ ਦੋ ਹੀ ਗਾਣੇ ਆ ਲਿਪ ਸਿੰਕ ਵਾਲੇ ਇਹਦੇ ਵਿੱਚ ਉਹ ਦੋਨੇ ਗਿੱਪੀ ਭਾਜੀ ਦੇ ਆ ਜੀ ਰੋਸ਼ਨ ਪ੍ਰਿੰਸ ਦਾ ਕੀ ਕਿਰਦਾਰ ਵੈਸੇ ਸਾਨੂੰ ਪਤਾ ਹੈ ਹਾਂਜੀ ਗਿੱਲ ਦਾ ਕਿਰਦਾਰ ਹੈ ਜੀ ਗਿੱਲ ਜਦੋਂ ਆਪਾਂ ਕਾਲਜ ਯੂਨੀਵਰਸਿਟੀ ਨਵੇਂ ਨਵੇਂ ਐਡਮਿਸ਼ਨ ਲੈਂਦੇ ਆ ਦਾਖਲਾ ਲੈਂਦੇ ਆ ਤਾਂ ਗਰੁੱਪ ਜਿਹੜੇ ਪਹਿਲਾਂ ਪਹਿਲਾਂ ਬਣਦੇ ਆ ਯਾਰੀ ਦੋਸਤੀ ਜਿਹੜੀ ਪਹਿਲਾਂ ਪਹਿਲਾਂ ਹੁੰਦੀ ਹੈ ਉਹਦੇ ਵਿੱਚ ਤੁਸੀਂ ਅਕਸਰ ਨੋਟ ਕੀਤਾ ਹੋਣਾ ਕਿ ਅਲੱਗ ਅਲੱਗ ਤਰ੍ਹਾਂ ਦੇ ਸੁਭਾਅ ਜਿਹੜੇ ਹੈ ਨਾ ਉਹ ਦੋਸਤਾਂ ਦੇ ਜਦੋਂ ਇਕੱਠੇ ਹੁੰਦੇ ਆ ਉਹ ਇੱਕ ਗਰੁੱਪ ਬਣਦਾ ਉਹ ਫਿਰ ਸਾਲਾਂ ਬੱਧੀ ਉਹ ਬਣਿਆ ਰਹਿੰਦਾ ਉਹ ਪਿਆਰ ਵੀ ਤੇ ਦੋਸਤੀ ਵੀ ਜੀ ਜੀ ਤੇ ਉਹਦੇ ਜਿਵੇਂ ਹੁਣ ਇਹਦੇ ਵਿੱਚ ਤਿੰਨ ਮੁੰਡਿਆਂ ਦੀ ਤਿਕੜੀ ਹੈ ਇੱਕ ਤਾਂ ਗਿੱਪ ਜਿਹੜਾ ਮੈਂ ਪਲੇ ਕਰ ਰਿਹਾ ਇੱਕ ਸੰਧੂ ਹੈ ਜਿਹੜਾ ਗਿੱਪੀ ਭਾਜੀ ਕਰ ਰਹੇ ਨੇ ਤੇ ਇੱਕ ਵਾਲਾ ਜਿਹੜਾ ਧੀਰਜ ਕੁਮਾਰ ਮੁੰਡਾ ਕਰ ਰਿਹਾ ਤਿੰਨਾਂ ਦੇ ਸੁਭਾਅ ਡਿਫਰੈਂਟ ਡਿਫਰੈਂਟ ਜਿਵੇਂ ਸੰਧੂ ਗੁਸ ਜਿਹੜਾ ਗਰੇਵਾਲ ਹੈ ਉਹ ਅਸੂਲਾਂ ਦਾ ਪੱਕਾ ਵੀ ਸੱਚ ਨੂੰ ਸੱਚ ਕਹਿਣਾ ਝੂਠ ਨੂੰ ਝੂਠ ਕਹਿਣਾ ਤੇ ਜਿਹੜਾ ਮੇਰਾ ਕਿਰਦਾਰ ਹੈ ਉਹ ਅਕਸਰ ਪਾਇਆ ਜਾਂਦਾ ਉਹ ਕਿ ਆਪ ਅੱਗ ਲਾ ਕੇ ਤੀਲੀ ਲਾ ਕੇ ਪਿੱਛੇ ਹੋ ਜਾਣਾ ਪਤਾ ਵੀ ਮੇਰੇ ਨਾਲ ਮੇਰੇ ਦੋ ਦੋਸਤ ਖੜੇ ਆ ਮੇਰੇ ਯਾਰ ਦੋਸਤ ਖੜੇ ਨੇ ਇਹਨਾਂ ਨੇ ਆਪਦੇ ਆਪ ਹੀ ਸਾਂਭ ਲੈਣਾ ਜਿਹੜੇ ਵੈਸੇ ਨੀ ਪਿੰਨ ਮਾਰਨ ਵਾਲੇ ਹੁੰਦੇ ਉਹ ਵਾਲਾ ਕਿਰਦਾਰ ਆ ਮੇਰਾ ਤੇ ਮਤਲਬ ਵੀ ਇਹਦੇ ਚ ਜਿੰਨੇ ਵੀ ਪੰਗੇ ਨੇ ਤੁਸੀਂ ਦੇਖੋਗੇ ਉਹ ਗਿੱਲ ਦੇ ਹੀ ਪੰਗੇ ਆ ਪਰ ਸਭ ਕੁਛ ਉਹ ਸੰਧੂ ਹੀ ਆ ਮਤਲਬ ਕਾਫੀ ਇੰਪੋਰਟੈਂਟ ਕਰੈਕਟਰ ਹੈ ਤੁਸੀਂ ਉਹ ਕਰੈਕਟਰ ਨੂੰ ਮਨਫੀ ਕਰਕੇ ਫਿਲਮ ਨੂੰ ਅੱਗੇ ਵੱਧਦਾ ਦੇਖ ਨਹੀਂ ਸਕਦੇ ਹੈਗੇ ਮੇਰੇ ਖਿਆਲ ਨਾਲ ਪੰਗੇ ਜਿਹੜੇ ਪਾਏ ਹੋਏ ਨੇ ਤੁਹਾਡੇ ਬਿਲਕੁਲ ਤੁਸੀਂ ਕਹਿ ਸਕਦੇ ਕਿਉਂਕਿ ਤਿੰਨ ਪਿੱਲਰ ਨੇ ਇਸ ਫਿਲਮ ਦੇ ਉਹ ਆ ਜੀ ਤੇ ਉਸ ਆਪਣੀ ਮਿਸਾਲ ਜਿਹੜੀ ਇਸ ਫਿਲਮ ਦੇ ਜ਼ਰੀਏ ਮਿਲੂਗੀ ਤੇ ਨਾਲ ਇੱਕ ਜ਼ਬਰਦਸਤ ਐਕਸ਼ਨ ਹੈ ਭਾਜੀ ਤੇ ਮੈਨੂੰ ਨਹੀਂ ਲੱਗਦਾ ਇੰਡਸਟਰੀ ਚ ਇੱਦਾਂ ਦਾ ਐਕਸ਼ਨ ਜਿਹੜਾ ਪਹਿਲਾਂ ਕਦੇ ਹੋਇਆ ਸ਼ਾਮ ਕੌਸ਼ਲ ਜੀ ਇਸ ਫਿਲਮ ਦੇ ਡਾਇਰੈਕਟਰ ਨੇ ਜੀ 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 ਉਹਦਾ ਹੈ ਜਿਹੜਾ ਆ ਉਹ ਕਾਫੀ ਦੇਰ ਤੱਕ ਅਸਰ ਉਸ ਚੀਜ਼ ਦਾ ਰਹਿੰਦਾ ਜਦੋਂ ਤੁਸੀਂ ਥੀਏਟਰ ਤੋਂ ਬਾਹਰ ਆਉਂਦੇ ਹੋ ਮਤਲਬ ਇਹ ਚੀਜ਼ ਦੀ ਜਦੋਂ ਪਰਫੈਕਸ਼ਨ ਹੁੰਦੀ ਹੈ ਸਾਊਂਡ ਦੇ ਨਾਲ ਜਿਹੜਾ ਐਕਸ਼ਨ ਜਾ ਰਿਹਾ ਐਕਸ਼ਨ ਦੇ ਨਾਲ ਸਾਊਂਡ ਜਾ ਰਿਹਾ ਡਾਇਲੋਗ ਜਾ ਰਹੇ ਨੇ ਐਕਸਪ੍ਰੈਸ਼ਨ ਜਾ ਰਹੇ ਨੇ ਉਹ ਤਾਂ ਹੀ ਉਹ ਸਾਰੀ ਚੀਜ਼ ਐਂਬੀਅੰਸ ਹਮੇਸ਼ਾ ਬਣਦਾ ਸੋ ਇਸ ਚੀਜ਼ ਦੀ ਖੁਸ਼ੀ ਹੈ ਕਿ ਇੱਕ ਸੋਹਣੀ ਫਿਲਮ ਜਿਹੜੀ ਹੈ ਉਹ ਬਣੀ ਹੈ ਤੇ ਜ਼ਰੂਰ ਸਾਰਿਆਂ ਨੂੰ ਪਸੰਦ ਆਊਗੀ ਜੀ ਵਾਹ ਕੀ ਬਾਤ ਹੈ ਭਾਜੀ ਤੁਹਾਡਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਆਪ ਨੂੰ ਮਤਲਬ ਇਸ ਤਰ੍ਹਾਂ ਦੀ ਐਕਸ਼ਨ ਪੈਕਡ ਮੂਵੀਜ਼ ਦੇ ਵਿੱਚ ਤੁਸੀਂ ਰੋਸ਼ਨ ਪ੍ਰਿੰਸ ਆਪਣੇ ਆਪ ਨੂੰ ਕਿੰਨਾ ਕੁ ਫਿੱਟ ਜਾਂ ਫਿਰ ਸਹਿਜ ਮਹਿਸੂਸ ਕਰਦਾ ਕਿਉਂਕਿ ਤੁਹਾਡੀਆਂ ਜਿਹੜੀਆਂ ਜ਼ਿਆਦਾਤਰ ਮੂਵੀਆਂ ਨੇ ਉਹ ਇਸ ਤਰ੍ਹਾਂ ਦਾ ਮਤਲਬ ਹੁੰਦਾ ਐਕਸ਼ਨ ਪਰ ਉਦਾਂ ਦਾ ਨਹੀਂ ਤੁਹਾਡੇ ਇੱਕ ਨੋਟੀ ਜਿਹੇ ਕਰੈਕਟਰ ਵਧੀਆ ਲੱਗਦੇ ਨੇ ਜਾਂ ਤੁਸੀਂ ਰੋਮਾਂਸ ਕਰਦੇ ਹੋਏ ਜ਼ਿਆਦਾ ਦੇਖਦੇ ਹੋ ਫਿਲਮਾਂ ਦੇ ਵਿੱਚ ਸੋ ਇਸ ਤਰ੍ਹਾਂ ਦੀ ਐਕਸ਼ਨ ਫਿਲਮਾਂ ਚ ਤੁਸੀਂ ਆਪਣੇ ਆਪ ਨੂੰ ਆਊਟ ਐਂਡ ਆਊਟ ਇੱਕ ਐਕਸ਼ਨ ਫਿਲਮ ਚ ਦੇਖੋਗੇ ਕਦੇ ਇਹੀ ਸਵਾਲ ਮੇਰਾ ਉਸ ਦਿਨ ਮੇਰੇ ਡਾਇਰੈਕਟਰ ਸਾਹਿਬ ਨੂੰ ਸੀ ਜਿਸ ਦਿਨ ਮੈਨੂੰ ਫਿਲਮ ਸਾਈਨ ਹੋਈ ਸੀ ਅੱਛਾ ਜੀ ਮੈਂ ਕਿਹਾ ਜੀ ਤੁਸੀਂ ਮੈਨੂੰ ਇੱਕ ਐਕਸ਼ਨ ਫਿਲਮ ਵਾਸਤੇ ਤੁਸੀਂ ਮੈਨੂੰ ਕਿਉਂ ਚੁਣ ਰਹੇ ਹੋ ਪਹਿਲਾਂ ਮੈਨੂੰ ਇਹ ਦੱਸੋ ਵੀ ਕਿਉਂਕਿ ਮੈਂ ਤਾਂ ਜ਼ਿੰਦਗੀ ਚ ਕਦੇ ਕੀਤੀ ਨਹੀਂ ਮੈਂ ਇਸ ਹਿਸਾਬ ਨਾਲ ਤਾਂ ਨਾ ਮੇਰਾ ਸੁਭਾਅ ਹੈ ਤੇ ਨਾ ਹੀ ਮੇਰੀ ਸ਼ਕਲ ਸੂਰਤ ਉਸ ਹਿਸਾਬ ਦੀ ਹੈਗੀ ਕਿ ਮੈਂ ਕਿਸੇ ਨਾਲ ਲੜਾਂ ਹਾਂਜੀ
ਤੇ ਉਹ ਮੈਨੂੰ ਇਹ ਕਹਿ ਰਿਹਾ ਵੀ ਜਿਹੜਾ ਇਹ ਕਰੈਕਟਰ ਹੈ ਇਹ ਕਰੈਕਟਰ ਪਿੰਨ ਲਾ ਕੇ ਪਿੱਛੇ ਹੋ ਜਾਣ ਕਰਦਾ ਸੰਧੂ ਜੀ ਤੁਸੀਂ ਕੁਛ ਨੀ ਕਰਨਾ ਤੁਸੀਂ ਸਿਰਫ ਉਹਨਾਂ ਨੂੰ ਲੜਾਉਣਾ ਮੈਂ ਕਿਹਾ ਜੀ ਇਹਦੀ ਗੱਲ ਠੀਕ ਹੈ ਪਰ ਉਸ ਚੱਕਰ ਦੇ ਵਿੱਚ ਜਿਵੇਂ ਜਿਹੜੇ ਤਿੰਨ ਸੀਕੁਐਂਸ ਮੇਰੇ ਨੇ ਉਹ ਇਹ ਮੁੰਡਾ ਯਾਰਾਂ ਲਈ ਖੜਨਾ ਚਾਹੁੰਦਾ ਪਰ ਉਸ ਤਰੀਕੇ ਨਾਲ ਨਹੀਂ ਕਰ ਪਾਉਂਦਾ ਜਿਵੇਂ ਤੁਹਾਨੂੰ ਪਤਾ ਵੀ ਇਹ ਐਕਸ਼ਨ ਹੀਰੋ ਨਹੀਂ ਹੈ ਇਹ ਜਿਹੜਾ ਗਿੱਲ ਹੈ ਇਹ ਕੁੱਟ ਖਾ ਲੈਂਦਾ ਵਿਚਾਰਾ ਪਰ ਫਿਰ ਵੀ ਖੜਾ ਰਹਿੰਦਾ ਉਸ ਤਰ੍ਹਾਂ ਦਾ ਕਰੈਕਟਰ ਵੀ ਲੋਕਾਂ ਨੂੰ ਹਮਦਰਦੀ ਵੀ ਹੋਏਗੀ ਸਿਮਤੀ ਵੀ ਹੋਏਗੀ ਵੀ ਯਾਰ ਇਹਦੇ ਕਾਹਨੂੰ ਪਈ ਜਾਂਦੀ ਕਿੰਨੇ ਵਿੱਚ ਇੱਕ ਨਾ ਅੱਜ ਕੱਲ ਵੈਸੇ ਪੰਜਾਬੀ ਫਿਲਮਾਂ ਦੇ ਵਿੱਚ ਭਾਜੀ ਐਕਸ਼ਨ ਫਿਲਮਾਂ ਬੈਕ ਟੂ ਬੈਕ ਆ ਵੀ ਰਹੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਮਾਰਕੀਟ ਹੁਣ ਬਹੁਤ ਠੀਕ ਹੋ ਰਹੀ ਹੈ ਐਸਟੈਬਲਿਸ਼ ਹੋ ਰਹੀ ਐਕਸ਼ਨ ਫਿਲਮਾਂ ਅਬਜ਼ਾਰਬ ਹੋ ਜਾਣਗੀਆਂ ਪੰਜਾਬੀ ਆਡੀਅੰਸ ਨੂੰ ਉਹ ਇੱਕ ਟਾਈਮ ਹੁੰਦਾ ਸੀਗਾ ਬਾਲੀਵੁੱਡ ਦੇ ਵਿੱਚ ਜਦੋਂ ਧਰਮਿੰਦਰ ਹੋਰਾਂ ਤੋਂ ਸ਼ੁਰੂ ਹੋਇਆ ਸੀ ਕੰਮ ਅਮਿਤਾਭ ਬੱਚਨ ਤੋਂ ਫਿਰ ਸਨੀ ਦਿਓਲ ਹੋਰਾਂ ਨੇ ਅੱਗੇ ਤੋਰਿਆ ਉਸ ਕੰਮ ਨੂੰ ਹਨਾ ਸੋ ਤੁਹਾਨੂੰ ਲੱਗਦਾ ਉਸ ਤਰ੍ਹਾਂ ਦਾ ਦੌਰ ਜਿਹੜਾ ਉਹ ਹੁਣ ਪੰਜਾਬੀ ਫਿਲਮਾਂ ਦੇ ਵਿੱਚ ਆ ਗਿਆ ਭਾਜੀ ਸਾਰਾ ਕੁਛ ਐਕਚੁਅਲੀ ਟਰਾਈ ਹੋਣਾ ਚਾਹੀਦਾ ਹੈ ਐਕਸਪੈਰੀਮੈਂਟ ਹੋਣਾ ਚਾਹੀਦਾ ਹੈ ਮਤਲਬ ਉਹ ਕਈ ਵਾਰੀ ਇਹ ਹੁੰਦਾ ਕਿ ਫਿਲਮ ਵਧੀਆ ਨਹੀਂ ਬਣਦੀ ਤਾਂ ਉਹ ਲੋਕਾਂ ਨੂੰ ਨਹੀਂ ਪਸੰਦ ਆਉਂਦੀ ਜੇ ਹਰ ਚੀਜ਼ ਪਰਫੈਕਟ ਹੋਵੇ ਤਾਂ ਇਹ ਜ਼ੋਨਰ ਵੀ ਲੋਕਾਂ ਨੂੰ ਪਸੰਦ ਆਊਗਾ ਭਾਜੀ ਮੈਨੂੰ ਐਂ ਲੱਗਦਾ ਕਿਉਂਕਿ ਆਪਣੀ ਪੰਜਾਬੀ ਆਡੀਅੰਸ ਹਰ ਤਰ੍ਹਾਂ ਦੀ ਫਿਲਮ ਦੇਖਦੀ ਹੈ ਨਾ ਆਪਾਂ ਬਾਹੂਬਲੀ ਵੀ ਤਾਂ ਦੇਖਦੇ ਹਾਂ ਆਪਾਂ ਬਾਲੀਵੁੱਡ ਦੇ ਐਕਸ਼ਨ ਵੀ ਆਪਣਾ ਬੰਦਾ ਵੀ ਆਪਾਂ ਸ਼ਰਤੇ ਕਿ ਉਹ ਫਿਲਮ ਵੀ ਉਸ ਲੈਵਲ ਦੀ ਉਦਾਂ ਦੀ ਬਣੀ ਹੋਈ ਹੋਵੇ ਮਤਲਬ ਉਹ ਐਕਸ਼ਨ ਉਹ ਨਕਲੀ ਫੇਕ ਨਾ ਲੱਗੇ ਉਹ ਵਧੀਆ ਲੱਗੇ ਉਹ ਲੱਗੇ ਕਿ ਹਾਂ ਇਹ ਸੱਚਮੁੱਚ ਉਸ ਹਿਸਾਬ ਨਾਲ ਹੋ ਰਿਹਾ ਜਿਵੇਂ ਉਹ ਆਨੰਦ ਦੇਵੇ ਦੂਜੀ ਗੱਲ ਐਂਟਰਟੇਨ ਕਰੇ ਔਰ ਮੈਨੂੰ ਇਹ ਲੱਗਦਾ ਵੀ ਇਹਦੇ ਚ ਆਪਾਂ ਉਸ ਚੀਜ਼ ਨੂੰ ਕਾਫੀ ਹੱਦ ਤੱਕ ਫੜ ਚੁੱਕੇ ਹਾਂ ਇੱਕ ਸੰਧੂ ਹੁੰਦਾ ਸੀ ਕਿਉਂਕਿ ਉਹੀ ਐਕਸ਼ਨ ਡਾਇਰੈਕਟਰ ਨੇ ਸ਼ਾਮ ਕੌਸ਼ਲ ਜੀ ਜਿਹਨਾਂ ਨੇ ਬਾਹੂਬਲੀ ਵੀ ਕੀਤੀ ਜਿਹਨਾਂ ਨੇ ਇਹ ਸਾਡੀ ਇੱਕ ਸੰਧੂ ਹੁੰਦਾ ਸੀ ਵੀ ਕੀਤੀ ਹੈ ਔਰ ਇਹਦੇ ਚ 15-20 ਦਿਨ ਦਾ ਐਕਸ਼ਨ ਹੈ ਔਰ ਇੱਕ ਜਿਹੜਾ ਪੰਚ ਤੁਸੀਂ ਕਹਿ ਲਓ ਜਿਹੜੀ ਡਿਜ਼ਾਈਨ ਹੋਈ ਹੈ ਉਹ ਤੁਹਾਨੂੰ ਫੇਕ ਨੀ ਲੱਗੂਗੀ ਉਹ ਵਧੀਆ ਲੱਗੂ ਤੇ ਉਹ ਬੈਕਗਰਾਉਂਡ ਹੋਰ ਉੱਠ ਕੇ ਬਾਹਰ ਆ ਰਹੀ ਹੈ ਸਾਹਮਣੇ ਐਕਸ਼ਨ ਜੇ ਫਿਕਸ਼ਨ ਮੂਵੀ ਤੱਕ ਹੋਵੇ ਭਾਜੀ ਉੱਥੇ ਤੱਕ ਠੀਕ ਹੁੰਦਾ ਪਰ ਜਿਸ ਤਰ੍ਹਾਂ ਹੁਣ ਪਿੱਛੇ ਜੇ ਕੁਛ ਫਿਲਮਾਂ ਦੇ ਉੱਤੇ ਬੈਨ ਵੀ ਲੱਗ ਰਹੇ ਨੇ ਤੁਹਾਨੂੰ ਲੱਗ ਰਿਹਾ ਇਸ ਤਰ੍ਹਾਂ ਦੀ ਗੈਂਗਸਟਰਵਾਦ ਨੂੰ ਜਿਹੜੀਆਂ ਪ੍ਰਮੋਟ ਕਰਦੀਆਂ ਨੇ ਫਿਲਮਾਂ ਉਹ ਹੋਣ ਨਾ ਹੋਣੀਆਂ ਚਾਹੀਦੀਆਂ ਨੇ ਭਾਜੀ ਮਤਲਬ ਜੋ ਵੀ ਸਮਾਜ ਨੂੰ ਬੁਰੀ ਸੇਧ ਦਿੰਦਾ ਉਹ ਤਾਂ ਫਿਰ ਓਬਵੀਅਸਲੀ ਕੁਛ ਸੋਚ ਸਮਝ ਕੇ ਬੈਨ ਕੀਤੀ ਹੋਵੇ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਵੀ ਬੰਦਾ ਇਹ ਸੋਚ ਕੇ ਜੇ ਸਿਰਫ ਏਦਾਂ ਫਿਲਮ ਬਣਾਵੇ ਕਿ ਮੈਂ ਪੈਸੇ ਹੀ ਕਮਾਉਣੇ ਆ ਮੈਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਗਲਤ ਗੱਲ ਹੈ ਤੇ ਬਾਕੀ ਉਸ ਮੁੰਡੇ ਬਾਰੇ ਮੈਨੂੰ ਜ਼ਰੂਰ ਥੋੜਾ ਜਿਹਾ ਹੁੰਦਾ ਵੀ ਜਿਹਨੇ ਇੰਨੀ ਮਿਹਨਤ ਕੀਤੀ ਸੀ ਉਸ ਫਿਲਮ ਤੇ ਜਿਹੜਾ ਤੇ ਉਹਨੇ ਕਰੈਕਟਰ ਦੇ ਵਿੱਚ ਜਾਣ ਵਾਸਤੇ ਬੜੀ ਮਿਹਨਤ ਕੀਤੀ ਆਰਟਿਸਟਿਕ ਤੌਰ ਤੇ ਮੈਂ ਉਹਦੀ ਕਦਰ ਕਰਨਾ ਤੇ ਬਾਕੀ ਫਿਲਮ ਹਜੇ ਦੇਖੀ ਵੀ ਨੀ ਹੈ ਨਾ ਰਿਲੀਜ਼ ਹੋਈ ਹੈ ਜਾਂ ਕੁਛ ਐਸਾ ਵੀ ਨਹੀਂ ਸੀ ਹੁਣ ਪਤਾ ਨੀ ਹੈ ਪਰ ਜੋ ਕੁਛ ਵੀ ਹੋਇਆ ਉਹ ਸੋਚ ਸਮਝ ਕੇ ਕੀਤਾ ਹੋਊਗਾ ਜੀ ਠੀਕ ਹੈ ਜਦੋਂ ਇੱਕ ਸੰਧੂ ਹੁੰਦਾ ਸੀ ਇਹਦੀ ਸ਼ੂਟਿੰਗ ਚੱਲ ਰਹੀ ਸੀਗੀ ਭਾਜੀ ਉਦੋਂ ਤੁਹਾਨੂੰ ਕਿਸ ਤਰ੍ਹਾਂ ਦੀ ਫੀਲ ਆ ਰਹੀ ਸੀਗੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਬੜੇ ਡਿਫਰੈਂਟ ਤਰ੍ਹਾਂ ਦਾ ਐਕਸ਼ਨ ਸੀਗਾ ਤੁਹਾਨੂੰ ਲੱਗ ਰਿਹਾ ਸੀਗਾ ਕਿ ਇਹ ਫਿਲਮ ਡੈਫੀਨੇਟਲੀ ਇੱਕ ਮਾਈਲਸਟੋਨ ਹੋ ਸਕਦੀ ਐਕਸ਼ਨ ਪੰਜਾਬੀ ਫਿਲਮਾਂ ਦੇ ਮਾਮਲੇ ਦੇ ਵਿੱਚ ਜੀ ਬਿਲਕੁਲ ਹੋਊਗੀ ਕਿਉਂਕਿ ਸਿਰਫ ਐਕਸ਼ਨ ਨਹੀਂ ਹੈ ਐਕਸ਼ਨ ਦੇ ਨਾਲ ਮਤਲਬ ਰੋਮਾਂਸ ਵੀ ਹੈ ਮਤਲਬ ਇੱਕ ਬੜੀ ਖੂਬਸੂਰਤ ਕੁੜੀ ਹੈ ਬਾਲੀਵੁੱਡ ਤੋਂ ਨੀਹਾ ਸ਼ਰਮਾ ਜਿਨ੍ਹਾਂ ਦੀ ਐਂਟਰੀ ਹੋਣ ਵਾਲੀ ਹੈ ਇਸ ਫਿਲਮ ਦੇ ਜ਼ਰੀਏ ਤੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਤੇ ਇੱਕ ਵਿਕਰਮਜੀਤ ਵਿਰਕ ਹੈਗੇ ਨੇ ਸਾਡੇ ਕਰਨਾਲ ਮੁੰਡਾ ਬਟ ਉਹਨਾਂ ਨੇ ਸਾਊਥ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਅੱਛਾ ਤੇ ਉਹ ਇਸ ਫਿਲਮ ਦੇ ਵਿੱਚ ਨੈਗੇਟਿਵ ਕਰੈਕਟਰ ਨੇ ਜਿਹੜੇ ਨੇਹਾ ਦੇ ਬ੍ਰਦਰ ਹਾਂਜੀ ਹਾਂਜੀ ਤੇ ਉਹਨਾਂ ਮੇਰਾ ਵੀ ਸਾਈਡ ਸੀਕੁਐਂਸ ਹੈਗਾ ਇੱਕ ਤੇ ਗੀਤੀ ਭਾਈ ਦਾ ਵੀ ਹੈਗਾ ਬਹੁਤ ਕਮਾਲ ਦੇ ਐਕਟਰ ਉਹ ਵੀ ਸਾਡੀ ਇੰਡਸਟਰੀ ਵੈਲਕਮ ਉਹਨਾਂ ਨੂੰ ਅਸੀਂ ਕਰਦੇ ਹਾਂ ਵੀ ਉਹ ਉਹਨਾਂ ਦੀ ਪਹਿਲੀ ਫਿਲਮ ਆ ਪੰਜਾਬੀ ਫਿਲਮ ਆ ਬਾਕੀ ਪਵਨ ਮਲਹੋਤਰਾ ਜੀ ਨੇ ਧੀਰਜ ਕੁਮਾਰ ਰਘਵੀਰ ਪੁਲੀਆ ਬੱਬਲ ਰਾਏ ਲੰਬੀ ਇਸ ਤੋਂ ਬਾਅਦ ਫਿਰ ਤੁਹਾਡੇ ਕੋਲ ਹੋਰ ਵੀ ਬਹੁਤ ਕੁਛ ਲਾਈਨ ਅਪ ਪਿਆ ਬਿਊਟੀਫੁਲ ਬਿੱਲੋ ਦੇ ਬਾਰੇ ਜਾਂ ਫਿਰ ਜੇ ਲਾਵਾਂ ਫੇਰੇ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੈਗੀ ਮੇਰੇ ਖਿਆਲ ਨਾਲ ਜੇ ਕਿਸੇ ਐਕਟਰ ਦੇ ਨਾਮ ਨਾਲ ਜੁੜ ਜਾਂਦੀਆਂ ਹੁੰਦੀਆਂ ਨਾ ਕਿਹੜੀਆਂ ਫਿਲਮਾਂ ਲਾਵਾਂ ਫੇਰੇ ਤਾਂ ਤੁਹਾਡੇ ਨਾਮ ਨਾਲ ਪੱਕੀ ਜੁੜੀ ਹੋਈ ਹੈ ਤੁਹਾਡੇ ਕਰੀਅਰ ਦੀ ਇੱਕ ਮਾਈਲਸਟੋਨ ਮੂਵੀ ਹੈ ਜੀ ਬਿਲਕੁਲ ਲਾਵਾਂ ਫੇਰੇ ਦੀ ਹੁਣ ਸ਼ੂਟਿੰਗ ਅਸੀਂ ਅਗਸਤ ਤੋਂ ਸ਼ੁਰੂ ਕਰਨੀ ਅੱਛਾ ਜੀ ਉਹ ਉਵੇਂ ਹੀ ਮਤਲਬ ਠੀਕ 3 ਸਾਲ ਬਾਅਦ ਫਰਵਰੀ ਦੇ ਮਹੀਨੇ ਅਗਲੇ ਸਾਲ ਫਿਰ ਉਹਨੂੰ ਰਿਲੀਜ਼ ਕਰਾਂਗੇ ਅਰੇ ਵਾਹ ਕੀ ਬਾਤ ਹੈ ਔਰ ਬਿਊਟੀਫੁਲ ਬਿੱਲੋ ਦੀ ਅੱਗੇ ਵਧੀ ਗੱਲ ਜੀ ਕਿ ਨਹੀਂ ਬਿਊਟੀਫੁਲ ਬਿੱਲੋ ਹਾਂਜੀ ਸ਼ੂਟਿੰਗ ਸਾਰੀ ਕੰਪਲੀਟਡ ਹੈ ਜੀ ਹੁਣ ਉਸ ਤੋਂ ਬਾਅਦ ਉਹਦਾ ਹੁਣ ਪੋਸਟ ਪ੍ਰੋਡਕਸ਼ਨ ਚੱਲ ਰਹੀ ਹੈ ਉਹਦੀ ਮੇਰੇ ਖਿਆਲ ਥੋੜੇ ਕੁ ਦਿਨਾਂ ਦੇ ਵਿੱਚ ਡਬਿੰਗਸ ਵਗੈਰਾ ਦੇ ਉੱਤੇ ਆ ਜਾਣਾ ਕੰਮ ਐਡਿਟ ਚੱਲ ਰਿਹਾ ਉਹਦਾ ਤੇ 24 ਅਪ੍ਰੈਲ ਆਈ ਥਿੰਕ ਰਿਲੀਜ਼ ਹੈਗੀ ਹੈ ਜੇ ਮੈਂ ਗਲਤ ਨਹੀਂ ਮੈਨੂੰ ਬਾਕੀ ਅਜੇ
ਉਧਰੋਂ ਹਰੀ ਝੰਡੀ ਆਈ ਨੀ ਪ੍ਰੋਡਿਊਸਰ ਵਾਲੇ ਪਾਸੋਂ, ਪਰ 24 April ਨੂੰ ਕਹਿੰਦੇ ਸੀ। ਤੇ ਉਸ ਤੋਂ ਬਾਅਦ ਇੱਕ ਲੱਡੂ ਬਰਫੀ ਹੈਗੀ ਹੈ, ਬਹੁਤ ਪਿਆਰੀ ਫਿਲਮ ਆ ਉਹ ਵੀ, ਉਹ ਵੀ ਇਸ ਸਾਲ ਰਿਲੀਜ਼ ਹੋਣੀ। ਕਿਆ ਬਾਤ ਹੈ, ਕਿਆ ਬਾਤ ਹੈ। ਉਹ ਤੋਂ ਪਹਿਲਾਂ ਮੇਰੇ ਖਿਆਲ ਨਾਲ ਬਿੱਲੋ ਆਵੇ ਨਾ ਆਵੇ, ਦਿੱਲੀ ਵਾਲੀ ਜ਼ਰੂਰ ਆਜੂਗੀ। ਭਾਜੀ ਬਹੁਤ ਸੋਹਣਾ ਟੀਜ਼ਰ, ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ, ਬਹੁਤ ਸੋਹਣਾ ਟੀਜ਼ਰ ਹੈ ਜੀ, ਔਰ ਗਾਣੇ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਮੈਂਟ। ਪਹਿਲਾਂ ਹਿੰਦੀ ਡੈਬਿਊ ਜੀ। ਅਰੇ ਵਾਹ, ਕਿਆ ਬਾਤ ਹੈ, ਬਹੁਤ ਸੋਹਣਾ। ਔਰ ਲੱਗਦਾ ਵੀ ਹੈ ਜੀ, ਮਤਲਬ ਜਿਸ ਲੈਵਲ ਤੇ ਉੱਥੇ ਟੀਜ਼ਰ ਨੂੰ ਦੇਖ ਕੇ ਫਿਲਮ ਆਇਆ, ਲੱਗਦਾ ਡੈਫੀਨੇਟਲੀ ਇੱਕ ਮਾਈਲਸਟੋਨ ਇਹ ਵੀ ਸੈੱਟ ਕਰਨ ਜਾ ਰਹੇ ਹੈ ਜੀ ਸਿੰਗਲਸ ਦੇ ਮਾਮਲੇ ਦੇ ਵਿੱਚ। ਬਾਲੀਵੁੱਡ ਦੇ ਵਿੱਚ ਭਾਜੀ ਫਿਰ ਰਹਿੰਦਾ ਇੰਟਰਸਟ, ਹੁਣ ਹਿੰਦੀ ਗਾਣਾ ਤਾਂ ਗਾਏ ਦਿੱਤਾ, ਚਲੋ ਖੈਰ ਬਾਲੀਵੁੱਡ ਵੱਲ ਨੂੰ ਕਰੇ। ਬਾਲੀਵੁੱਡ ਜਾਣ ਵਾਸਤੇ ਭਾਜੀ ਹੁਣ ਹਿੰਦੀ ਗਾਉਣ ਦੀ ਜ਼ਰੂਰਤ ਨਹੀਂ ਮੇਰੇ ਖਿਆਲ, ਹੁਣ ਤਾਂ ਪੰਜਾਬੀ ਵੀ ਸਾਰਾ ਕੁਝ ਚੱਲ ਜਾਂਦਾ, ਮਤਲਬ ਪੂਰੀ ਦੀ ਪੂਰੀ ਫਿਲਮ ਦੇ ਵਿੱਚ ਸਾਰੇ ਗਾਣੇ ਵੀ ਪੰਜਾਬੀ ਆਪਾਂ ਸੁਣੇ ਆ ਕੁਛ ਅਜੇ ਤਾਂ। ਤੇ ਉਹ ਦੇਖੋ ਹੁਣ ਕਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਇਹ ਤਾਂ ਹੁਣ ਅੱਗੇ ਉੱਪਰ ਵਾਲਾ ਹੀ ਜਾਣਦਾ ਜੀ, ਬਾਕੀ ਆਪਣੇ ਵੱਲੋਂ ਕੋਸ਼ਿਸ਼ ਜਾਰੀ ਹੈਗੀ ਹੈ ਜ਼ਰੂਰ। ਕਿਆ ਬਾਤ ਹੈ ਜੀ, ਬਹੁਤ ਵਧੀਆ ਭਾਜੀ। ਚਲੋ ਜੀ, ਆਖਰੀ ਦੇ ਵਿੱਚ ਜਾਂਦੇ ਹੋਏ ਇੱਕ ਵਾਰ ਫਿਰ ਤੋਂ ਦੱਸ ਦਿਓ ਜੀ, ਕਿੰਨੀ ਕੁ ਐਕਸਾਈਟਮੈਂਟ ਇੱਕ ਸੰਧੂ ਹੁੰਦਾ ਸੀ ਨੂੰ ਲੈ ਕੇ, ਔਰ ਜੇ ਤੁਸੀਂ ਅਪੀਲ ਕਰ ਸਕੋ ਕਦੋਂ ਰਿਲੀਜ਼, ਔਰ ਐਵਰੀਥਿੰਗ ਅਬਾਊਟ ਦੀ ਮੂਵੀ। ਬਸ ਹੁਣ 28 ਤਰੀਕ ਨੂੰ ਮੇਰੇ ਖਿਆਲ, ਕੱਲ ਨੂੰ ਤੁਹਾਡੇ ਕੋਲ ਤਾਂ ਕੱਲ ਰਿਲੀਜ਼ ਹੋ ਜਾਏਗੀ ਫਿਲਮ ਇਹ। ਤੇ ਬਾਕੀ ਤੁਸੀਂ ਇੱਕ ਸੋਹਣਾ ਕਿਰਦਾਰ ਤੁਸੀਂ ਮੇਰਾ ਉਸ ਫਿਲਮ ਦੇ ਵਿੱਚ ਦੇਖੋਗੇ, ਮੈਂ ਜਿੰਨੀਆਂ ਫਿਲਮਾਂ ਕੀਤੀਆਂ ਉਹਦੇ ਵਿੱਚ ਤੋਂ ਅਲੱਗ ਹੈ ਸਾਰਾ ਕੁਝ, ਜਿਵੇਂ ਨੋਟੀ ਜੱਟ ਸੀ ਆਈ ਥਿੰਕ ਥੋੜਾ ਜਿਹਾ ਉਹਦੇ ਨਾਲ ਮਿਲਦਾ ਜੁਲਦਾ। ਮੈਂ ਕਰਨ ਲੱਗਿਆ ਸੀ ਉਹਦੀ ਗੱਲ, ਪਰ ਮੈਂ ਕਿਹਾ ਵੀ ਉਹ ਥੋੜਾ ਜਿਹਾ ਉਹ ਚ ਕਾਮੇਡੀ, ਉਹਨੂੰ ਆਊਟ ਐਂਡ ਆਊਟ ਐਕਸ਼ਨ ਨਹੀਂ ਕਹਿ ਸਕਦੇ ਹਨਾ। ਉਹ ਕਾਮੇਡੀ ਫਿਲਮ ਸੀਗੀ, ਬਟ ਉਹਦਾ ਕਿਰਦਾਰ ਜਿਹੜਾ ਇਸ ਮੇਰੇ ਹੋਣ ਵਾਲੇ ਕਿਰਦਾਰ ਨਾਲ ਥੋੜਾ ਜਿਹਾ ਮਿਲਦਾ ਜੁਲਦਾ ਲੱਗ ਰਿਹਾ। ਤੇ ਬਾਕੀ ਤੁਸੀਂ ਫਿਲਮ ਦੇਖਿਓ ਤੇ ਆਪਣੀ ਫੀਡਬੈਕ ਸਾਡੇ ਸੋਸ਼ਲ ਮੀਡੀਆ ਤੇ ਵੀ, ਰੇਡੀਓ ਹਾਂਜੀ ਦੇ ਜ਼ਰੀਏ ਵੀ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ, ਦੱਸਿਓ ਚੰਗਾ ਮਾੜਾ ਜੋ ਤੁਹਾਡਾ ਰਿਵਿਊ ਜ਼ਰੂਰ ਸਾਡੇ ਤੱਕ ਪਹੁੰਚਾਇਓ। ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਭਾਈ। ਸੋ ਇਹ ਸਨ ਜੀ ਰੋਸ਼ਨ ਪ੍ਰਿੰਸ ਸਾਹਿਬ, ਫਿਲਮ ਆ ਰਹੀ ਹੈ ਇੱਕ ਸੰਧੂ ਹੁੰਦਾ ਸੀ, 28 February 2020 ਤੁਹਾਡੇ ਨੇੜਲੇ ਸਿਨੇਮਾਘਰਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਫਿਲਹਾਲ ਮੈਨੂੰ ਗੌਤਮ ਕਪਿਲ ਨੂੰ ਇੱਥੇ ਦਿਓ ਜੀ ਇਜਾਜ਼ਤਾਂ, ਰੇਡੀਓ ਹਾਂਜੀ 1674 AM ਦੇ ਪ੍ਰੋਗਰਾਮ ਰਹਿਣਗੇ ਜਾਰੀ, ਇੰਜੋਏ ਕਰਦੇ ਰਹੋ। ਜਿੰਦ ਕੱਢ ਲੈ ਖਿੜ ਖਿੜ ਹੱਸਦੀ ਮੇਰੀ ਜਾਨ ਤੇਰੇ ਵਿੱਚ ਵਸਦੀ, ਜਿੰਦ ਕੱਢ ਲੈ।